ਬਾਬਾ ਜੀ ਤੁਹਾਡੇ ਬਾਬਾ ਜੀ ਚੱਲਦੇ ਹਾਂ ਅਸੀਂ ਅੱਗੇ ਗੱਲ ਪੰਜਾਬੀਆਂ ਦੀ ਹੁੰਦੀ ਹੈ ਜਿੱਥੇ ਵੀ ਦੇਖੋ ਤੁਸੀਂ ਆ ਪੰਜਾਬੀ ਕਿਧਰੇ ਨਾ ਕਿਧਰੇ ਕਿਸੇ ਹਾਲ ਵਿੱਚ ਮਿਲ ਹੀ ਜਾਂਦੇ ਨੇ ਤੱਕੋ ਨਾ ਬਾਬਾ ਜੀ ਨਾਲ ਨੇ ਸਾਡੇ ਹੋਰ ਵੀ ਪੰਜਾਬੀ ਫੈਮਿਲੀ ਜਿਹੜੀਆਂ ਨੇ ਉਹ ਇੱਥੇ ਬਹੁਤ ਜ਼ਿਆਦਾ ਨਜ਼ਰ ਆ ਰਹੀਆਂ ਨੇ ਮੈਨੂੰ ਮਜ਼ੇਦਾਰੀ ਦੀ ਗੱਲ ਹੈ ਮੈਂ ਕਿ ਜਿਸ ਤਰ੍ਹਾਂ ਕਿ ਦੱਸਿਆ ਜਾਂਦਾ USA ਨੂੰ ਕਿ USA ਦੇ ਵਿੱਚ ਸਿਰਫ ਸਕਾਈ ਸਕ੍ਰੈਪਰਸ ਨੇ ਸਾਰਾ ਕੁਛ ਵੱਡੇ ਵੱਡੇ ਬਿਲਡਿੰਗਸ ਨੇ ਯੇ ਵੋ ਉਹ ਤਾਂ ਟੋਟਲੀ ਡਿਫਰੈਂਟ ਹੈ ਬਿਊਟੀਫੁਲ ਕੰਟਰੀ ਬਿਊਟੀਫੁਲ ਲੈਂਡਸਕੇਪਸ ਹਿਲ ਸਟੇਸ਼ਨਸ ਸੀ ਮਾਊਂਟੇਨਸ ਔਰ ਲੋਟ ਆਫ ਥਿੰਗਸ ਬਹੁਤ ਜ਼ਿਆਦਾ ਕੁਛ ਜਿਹੜਾ ਇੱਥੇ ਦੇਖਣ ਨੂੰ ਮਿਲਦਾ ਹੈ ਲੇਕਿਨ ਆਮ ਬੰਦਾ ਇਹੀ ਸੋਚਦਾ ਕਿ ਸ਼ਾਇਦ USA ਜਿਹੜਾ ਹੈ ਉਹ ਸਿਰਫ ਔਰ ਸਿਰਫ ਅਰਬਨਾਈਜੇਸ਼ਨ ਹੈ ਲੇਕਿਨ ਇੱਥੇ ਕੰਟਰੀ ਸਾਈਡ ਦੇਖਣ ਵਾਲਾ ਹੈ ਇੱਥੇ ਦੀ ਲੈਂਡਸਕੇਪ ਦੇਖਣ ਵਾਲੀ ਹੈ ਇੱਥੇ ਦੇ ਫੀਲਡਸ ਦੇਖਣ ਵਾਲੇ ਨੇ ਇੱਥੇ ਦੀ ਖੇਤ ਜਿਹੜੇ ਨੇ ਦੇਖਣ ਵਾਲੇ ਨੇ ਔਰ ਲੋਕਾਂ ਦਾ ਸਪੈਸ਼ਲੀ ਲਿਵਿੰਗ ਸਟਾਈਲ ਜਿਹੜਾ ਉਹ ਬਹੁਤ ਮਜ਼ੇਦਾਰ ਹੈ ਬਾਬਾ ਜੀ ਤੁਸੀਂ ਸਾਨੂੰ ਥੋੜ੍ਹਾ ਜਿਹਾ ਆਪਣੇ ਫੈਨਸ ਨੂੰ ਥੋੜ੍ਹਾ ਜਿਹਾ ਇਸ ਬਾਰੇ ਜਾਣਕਾਰੀ ਦਿਓ ਕਿ ਤੁਸੀਂ ਕੀ ਸੋਚਿਆ ਜਦੋਂ ਤੁਸੀਂ ਇਹ ਸਭ ਕੁਛ ਪੰਜਾਬੀਆਂ ਵਾਸਤੇ ਕਰਨ ਲੱਗੇ ਸੀ ਅੱਜ ਤੋਂ ਕੁਛ ਸਾਲ ਪਹਿਲਾਂ ਅੱਜ ਆਪਾਂ ਇੱਥੇ ਗੋਲਡਨ ਗੇਟ ਬ੍ਰਿਜ 'ਤੇ ਖੜ੍ਹੇ ਹਾਂ ਇਹ ਥੋੜ੍ਹੀ ਆਪਣੀ ਜਰਨੀ ਬਾਰੇ ਨਾਲ ਆਪਾਂ ਤੁਰਦੇ ਜਾਂਦੇ ਹਾਂ ਗੋਲਡਨ ਗੇਟ ਬ੍ਰਿਜ ਦੇ ਉੱਪਰ ਨਾਲ ਇਹ ਆਪਣੀ ਥੋੜ੍ਹੀ ਜਰਨੀ ਬਾਰੇ ਦੱਸਦੇ ਜਾਓ ਮੈਂ 4 ਸਾਲ ਪਹਿਲੇ ਜਦੋਂ ਮੈਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਮੈਂ ਕਦੀ ਸੋਚ ਨਹੀਂ ਸੀ ਸਕਦਾ ਹਾਂਜੀ ਕਿ ਮੈਂ USA ਆਵਾਂਗਾ ਔਰ ਇਸ ਤਰ੍ਹਾਂ ਮੈਂ ਵਿਜ਼ਿਟ ਕਰਾਂਗਾ ਇੱਥੇ ਆ ਕੇ ਲੋਕਾਂ ਨੂੰ ਮੈਂ ਪ੍ਰੈਜੈਂਟੇਸ਼ਨ ਦਿਆਂਗਾ ਅਲਹਮਦੁਲਿਲਾ ਅੱਜ ਇਸ ਮੋੜ ਤੇ ਪਹੁੰਚ ਗਿਆ ਵਾਂ ਕਿ ਮੇਰੇ ਕੋਲ 5 ਵੀਕਸ ਨੇ 5 ਵੀਕ ਨੇ ਔਰ 5 ਵੀਕ ਦੇ ਵਿੱਚੋਂ ਕੋਈ ਵੀਕ ਮੇਰੇ ਕੋਲ ਖਾਲੀ ਨਹੀਂ ਹੈ ਸਾਰਾ ਮੇਰੀ ਪ੍ਰੈਜੈਂਟੇਸ਼ਨ ਜਿਹੜੀਆਂ ਨੇ ਉਹ ਹੋਣੀਆਂ ਨੇ ਉਹ ਡਿਫਰੈਂਟ ਸਟੇਟਸ ਦੇ ਅੰਦਰ ਹੋ ਰਹੀਆਂ ਨੇ ਨਾ ਸਿਰਫ ਕੈਲੀਫੋਰਨੀਆ ਨਾ ਸਿਰਫ ਵਾਸ਼ਿੰਗਟਨ ਜਾਂ ਐਂਡ ਆਫ ਦਾ ਬਾਰਡਰ ਜਿਹੜਾ ਹੈ ਸੀਐਟਲ ਵਾਸ਼ਿੰਗਟਨ ਬਹੁਤ ਜ਼ਿਆਦਾ ਸਾਰੀ ਜਗ੍ਹਾ ਦੇ ਉੱਤੇ ਜਿਹੜਾ ਮੈਨੂੰ ਇਨਵੀਟੇਸ਼ਨਸ ਪਹਿਲਾਂ ਹੀ ਮਿਲ ਚੁੱਕੀਆਂ ਨੇ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਹੋਸਟ ਕਰ ਰਹੇ ਨੇ ਡਾਕਟਰ ਦਲਵੀਰ ਸਿੰਘ ਪੰਨੂ ਡਾਕਟਰ ਦਲਵੀਰ ਸਿੰਘ ਪੰਨੂ ਕਾਫੀ ਦੇਰ ਤੋਂ ਮੇਰੇ ਅਟੈਚ ਸਨ ਲੇਕਿਨ ਹੈ ਕਿ ਇਹਨਾਂ ਨੇ ਸਭ ਤੋਂ ਜ਼ਿਆਦਾ ਜ਼ਰੂਰਤ ਮਹਿਸੂਸ ਕੀਤੀ ਹੈ ਕਿ ਪੰਜਾਬੀ ਕਲਚਰ ਐਂਡ ਹੈਰੀਟੇਜ ਨੂੰ ਪ੍ਰਜੈਂਟ ਕਰਨ ਵਾਸਤੇ ਮੈਨੂੰ ਇੱਥੇ ਆਉਣਾ ਚਾਹੀਦਾ ਸੋ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਸੀ ਔਰ ਇਹਨਾਂ ਦੀ ਇਨਵੀਟੇਸ਼ਨ 'ਤੇ ਮੈਂ ਇੱਥੇ ਪਹੁੰਚਿਆ ਵਾਂ ਔਰ ਹੋਪ ਕਿ ਮੇਰੀ ਇਸ ਇਹਨਾਂ ਦੀ ਦਿੱਤੀ ਹੋਈ ਇਨਵੀਟੇਸ਼ਨ ਦੇ ਆਲ ਓਵਰ ਦਾ ਵਰਲਡ ਜਿੰਨੇ ਪੰਜਾਬੀ ਹੈ ਉਹ ਤਾਂ ਆਲਰੇਡੀ ਮੇਰੇ ਨਾਲ ਕਨੈਕਟ ਹੋਏ ਹੋਏ ਨੇ ਲੇਕਿਨ ਇਹ ਕਿ ਹੁਣ ਮਜ਼ਾ ਆਏਗਾ ਕਿ ਜਦੋਂ ਇੱਕ ਇੰਟਰਨੈਸ਼ਨਲ ਟੂਰ ਹੋਏਗਾ ਜਿਹਦੇ ਦੌਰਾਨ ਮੈਂ ਤਮਾਮ ਪੰਜਾਬੀ ਕਮਿਊਨਿਟੀ ਜਿਹੜੀ ਕਿ ਪੰਜਾਬ 'ਚ ਨਹੀਂ ਰਹਿੰਦੀ ਜਿਹੜੇ ਕਿ ਛੋਟੇ ਮਿੰਨੀ ਪੰਜਾਬ ਬਣੇ ਹੋਏ ਨੇ ਕਦੀ ਪੰਜਾਬ ਸਿਰਫ ਇੰਡੀਆ ਔਰ ਪਾਕਿਸਤਾਨ ਦੇ ਦਰਮਿਆਨ ਦੇ ਵਿੱਚ ਸੀ ਅੱਜ ਉਹ ਪੰਜਾਬ ਜਿਹੜਾ ਤੁਸੀਂ ਅਗਰ ਦੇਖੋ ਤਾਂ ਤੁਹਾਨੂੰ ਦੁਨੀਆ ਦੀ ਹਰ ਕੰਟਰੀ ਦੇ ਵਿੱਚ ਕੋਈ ਦੁਨੀਆ ਦਾ ਮੁਲਕ ਐਸਾ ਨਹੀਂ ਹੈ ਕਿ ਜਿੱਥੇ ਤੁਸੀਂ ਆਵਾਜ਼ ਦਿਓ ਔਰ ਪੰਜਾਬ ਪੰਜਾਬੀ ਨਾ ਬੋਲੇ ਤੁਸੀਂ ਬਾਬਾ ਜੀ ਪ੍ਰੋਫੈਸ਼ਨਲੀ ਆਪਣੀ ਜਿਹੜੀ ਤੁਹਾਡੀ ਜੌਬ ਹੈਗੀ ਆ ਜਿਹੜਾ ਤੁਹਾਡਾ ਪ੍ਰੋਫੈਸ਼ਨਲ ਕੰਮ ਹੈਗਾ ਮੈਂ ਇਸ ਚੀਜ਼ ਤੋਂ ਬਹੁਤ ਇੰਸਪਾਇਰਡ ਰਹਿਣਾ ਕਿ ਤੁਸੀਂ ਯੂ ਆਰ ਨੋਟ ਇਨ ਟੂ ਦਿਸ ਐਜ਼ ਏ ਪ੍ਰੋਫੈਸ਼ਨ ਐਜ਼ ਸੱਚ ਤੁਹਾਡੀ ਹੋਬੀ ਔਰ ਪੈਸ਼ਨ ਹੈ ਇਹਦੇ ਬਾਰੇ ਥੋੜ੍ਹੇ ਦੱਸੋ ਕਿ ਤੁਸੀਂ ਤੁਹਾਡਾ ਐਕਚੁਅਲ ਪ੍ਰੋਫੈਸ਼ਨ ਤੁਹਾਡੀ ਜੌਬ ਰੋਜ਼ੀ ਰੋਟੀ ਜਿਹਦੇ ਨਾਲ ਤੁਸੀਂ ਆਪਣੇ ਪਰਿਵਾਰ ਦਾ ਪੇਟ ਪਾਲਦੇ ਹੋ ਉਹ ਕੀ ਹੈ ਅਤੇ ਇਹ ਤੁਹਾਡਾ ਸ਼ੌਂਕ ਇਹ ਕਿਸ ਤਰ੍ਹਾਂ ਦੋਵੇਂ ਤੁਸੀਂ ਮੈਨੇਜ ਕਰਦੇ ਹੋ ਐਕਚੁਅਲੀ ਮੈਂ ਲੈਂਡਸਕੇਪ ਡਿਜ਼ਾਈਨਰ ਹਾਂ ਗਾਰਡਨ ਐਕਸਪਰਟ ਹਾਂ ਫਲੋਰੀਕਲਚਰਸਟ ਹਾਂ ਫਲੋਰਿਸਟ ਹਾਂ ਫਲੋਰਲ ਅਰੇਂਜਰ ਹਾਂ ਮਤਲਬ ਕਿ ਨੇਚਰ ਦੇ ਨਾਲ ਜੁੜੀ ਹੋਈ ਹਰ ਚੀਜ਼ ਹੈ ਮੇਰੀ ਅਤੇ ਮੇਰੀ ਜੌਬ ਵੀ ਐਜ਼ ਅ ਗਾਰਡਨ ਐਕਸਪਰਟ ਆ ਔਰ ਇਸਲਾਮਾਬਾਦ ਦੇ ਵਿੱਚ ਹੀ ਹੁੰਦਾ ਮੈਂ ਤੁਸੀਂ ਕੱਲ੍ਹ ਦੇ ਘਰ ਸਾਡੇ ਬੂਟੇ ਦੇਖੀ ਜਾ ਰਹੇ ਹੋ ਹੁਣ ਪਤਾ ਲੱਗਾ ਤੁਹਾਨੂੰ ਹਰੇਕ ਬੂਟੇ ਦਾ ਨਾਮ ਕਿਵੇਂ ਪਤਾ ਹੈ ਉਹ ਵੀ ਬੋਟੈਨੀਕਲ ਨੇਮ ਸਾਇੰਟੀਫਿਕ ਨੇਮ ਤੁਹਾਨੂੰ ਪਤਾ ਨਹੀਂ ਸਾਇੰਟੀਫਿਕ ਨੇਮ ਮੈਂ ਅਲਹਮਦੁਲਿਲਾ ਲਾਹੌਰ ਦੇ ਵਿੱਚ 1 ਸਾਲ ਦਾ ਡਿਪਲੋਮੇ 'ਚ ਟੌਪ ਕੀਤਾ ਸੀ ਇਸਲਾਮਾਬਾਦ ਆਇਆ ਸੀ ਔਰ ਇਸਲਾਮਾਬਾਦ ਆ ਕੇ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਤਾਂ ਮੈਂ ਫੀਲ ਕੀਤਾ ਕਿ ਮੈਨੂੰ ਕੁਛ ਪੜ੍ਹਨਾ ਚਾਹੀਦਾ ਤੇ ਜਦੋਂ ਮੈਂ ਯੂਨੀਵਰਸਿਟੀ ਨਾਲ ਰਾਬਤਾ ਕੀਤਾ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਜਿਹੜੀ ਯੂਨੀਵਰਸਿਟੀ ਹੈ ਉਹ ਇਸ ਵੇਲੇ ਆਫਰ ਕਰ ਰਹੀ ਹੈ ਮਾਸਟਰ ਇਨ ਹਿਸਟਰੀ ਦੋਸਤਾਂ ਨਾਲ ਰਾਬਤਾ ਕੀਤਾ ਉਹਨਾਂ ਕਿਹਾ ਬਾਈ ਕਿਤੇ ਕੀ ਕਰਨ ਜਾ ਰਿਹਾ ਤੂੰ ਬਹੁਤ ਮੁਸ਼ਕਿਲ ਕੰਮ ਹੈ ਮਾਸਟਰ ਹਿਸਟਰੀ ਡੇਟਸ ਕਿਸ ਤਰ੍ਹਾਂ ਯਾਦ ਕਰੇਗਾ ਇਵੈਂਟਸ ਕਿਸ ਤਰ੍ਹਾਂ ਯਾਦ ਕਰੇਗਾ ਮੈਂ ਕਿਹਾ ਯਾਰ ਅੱਛਾ ਯਾਰ ਕੁਛ ਨਾ ਕੁਛ ਹੋ ਜਾਏਗਾ ਲੇਕਿਨ ਉੱਥੇ ਮੇਰੇ ਪ੍ਰੋਫੈਸਰ ਜਿਨ੍ਹਾਂ ਨੇ ਮੈਨੂੰ ਗਾਈਡ ਕੀਤਾ ਕਿ ਤੁਸੀਂ ਮਾਸਟਰ ਹਿਸਟਰੀ ਲਾਜ਼ਮੀ ਕਰੋ ਜੀ ਤਾਂ ਮੈਂ ਮਾਸਟਰ ਹਿਸਟਰੀ ਵੱਲ ਚੱਲ ਪਿਆ ਉਹ ਜਦੋਂ ਮਾਸਟਰ ਹਿਸਟਰੀ ਦੇ ਵਿੱਚ ਮੈਂ ਪਹੁੰਚਿਆ ਤਾਂ ਜਿਹੜਾ ਸਭ ਤੋਂ ਇੰਟਰਸਟਿੰਗ ਮੇਰਾ ਸਬਜੈਕਟ ਸੀ ਮੇਰਾ ਆਪਣਾ ਕਲਚਰ ਮੇਰਾ ਆਪਣਾ ਪੰਜਾਬ ਔਰ ਮੇਰਾ ਆਪਣਾ ਦੇਸ਼
ਮੈਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਟੁਰਿਆ ਹੋਇਆ ਸੀ, ਮੈਨੂੰ ਨਹੀਂ ਸੀ ਲੱਗ ਰਿਹਾ ਕਿ ਮੈਂ ਸਭ ਕੁਛ ਕਰ ਪਾਵਾਂਗਾ, ਲੇਕਿਨ ਜਦੋਂ ਜਦੋਂ ਮੈਂ ਮੁੜ ਕੇ ਦੇਖਦਾ ਰਿਹਾ ਜਿਸ ਜਿਸ ਸ਼ਹਿਰ ਜਿਸ ਜਿਸ ਪਿੰਡ 'ਚ, ਮੈਨੂੰ ਸਿਰਫ ਔਰ ਸਿਰਫ ਪੰਜਾਬ ਔਰ ਪੰਜਾਬੀਆਤ ਹੀ ਨਜ਼ਰ ਆਈ। ਔਰ ਜਿਸ ਤਰ੍ਹਾਂ ਕਿਹਾ ਜਾਂਦਾ ਕਿ ਪਾਕਿਸਤਾਨ ਦੀ ਐਂਸ਼ੀਅੰਟ ਸਿਵਿਲਾਈਜੇਸ਼ਨ ਦੇ ਅੰਦਰ ਜਿਹੜਾ ਹੱਥ ਜਿੰਨਾ ਪੰਜਾਬ ਦੇ ਕੋਲ ਹੈ ਉਨਾ ਕਿਸੇ ਕੋਲ ਨਹੀਂ ਹੈ। ਔਰ ਇਟ ਦੈਟਸ ਵੈਰੀ ਰਾਈਟ, ਮੈਂ ਕਹਾਂਗਾ ਕਿ ਬਹੁਤ ਹੀ ਜ਼ਿਆਦਾ ਇਹ ਗੱਲ ਜਿਹੜੀ ਹੈ ਉਹ ਦਰੁਸਤ ਸਾਬਤ ਹੋ ਗਈ ਮੇਰੇ ਲਈ। ਮੈਂ ਪਹੁੰਚ ਗਿਆ ਇਸ ਵੇਲੇ ਗੋਲਡਨ ਗੇਟ 'ਤੇ। ਗੋਲਡਨ ਗੇਟ ਦੇ ਮੁਤਲਕ ਇਹੀ ਹੈ ਕਿ ਇਹ ਦੋ ਜਿਹੜੇ ਜਗ੍ਹਾ ਨੇ ਆਪਸ ਵਿੱਚ ਹਿਲ ਸਟੇਸ਼ਨਸ ਨੇ ਉਹਨਾਂ ਨੂੰ ਆਪਸ 'ਚ ਮਿਲਾਉਂਦਾ, ਔਰ ਦਰਮਿਆਨ ਦੇ ਵਿੱਚ ਪੈਸੀਫਿਕ ਪਿੱਛੇ ਪੈਸੀਫਿਕ ਓਸ਼ੀਅਨ ਹੈ। ਔਰ ਇਸ ਜਿਹੜਾ ਸਮੁੰਦਰ ਹੈ ਇਹਦੇ ਉੱਤੇ ਪੁਲ ਬਣਾਉਣਾ ਬਹੁਤ ਮੁਸ਼ਕਿਲ ਸੀ, ਇੱਕ ਬਹੁਤ ਵੱਡਾ ਟਾਰਗੇਟ ਹੈ। ਲੈਟਸ ਸੀ ਕਿ ਗੋਲਡਨ ਗੇਟ ਦੇ ਬਾਰੇ 'ਚ ਡਾਕਟਰ ਸਾਹਿਬ ਤੁਸੀਂ ਕੁਛ ਦੱਸ ਦਿਵੋਗੇ। ਮੈਂ ਤਾਂ ਜੀ ਇਹੀ ਦੱਸਣਾ ਚਾਹੁੰਗਾ ਕਿ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਹੈ ਕਿ ਸਾਡਾ ਗੋਲਡਨ ਗੇਟ ਬ੍ਰਿਜ ਦੇ 'ਚ ਬਰਕਤ ਆ ਗਈ ਹੈ। ਸਾਡੇ ਆਪਣੀ ਉਸ ਸਰਜ਼ਮੀਨ ਤੋਂ ਕੋਈ ਇੱਥੇ ਪਹੁੰਚਿਆ ਹੈ ਅਤੇ ਸਾਡੇ ਲਈ ਤਾਂ ਇਹ ਬਹੁਤ ਵੱਡੀ ਅੱਜ ਖੁਸ਼ਨਸੀਬੀ ਦੀ ਗੱਲ ਹੈ ਕਿ ਉਸ ਜਗ੍ਹਾ ਤੋਂ ਕੋਈ ਸਾਡੇ ਕੋਲ ਪਹੁੰਚਿਆ ਅਤੇ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਤਾਂ ਇਹੀ ਕਹਿ ਸਕਦਾ, ਬੜੀ ਮਿਹਰਬਾਨੀ, ਤੁਹਾਡਾ ਪਿਆਰ ਹੈ, ਤੁਹਾਡਾ ਸਤਿਕਾਰ ਹੈ, ਸਾਰਾ ਕੁਛ ਹੈ। ਤੇ ਚਲੋ ਆਪਾਂ ਇੱਧਰ ਹੁਣ ਆਪਣੇ ਜਿਹੜੇ ਦੋਸਤ ਇੱਥੇ ਭਾਰਤ ਤੋਂ ਆਏ ਹੋਏ ਨੇ, ਭਾਰਤ ਤੇ ਪਾਕਿਸਤਾਨ ਦੀ ਮੁਲਾਕਾਤ ਕਰਵਾਉਣੇ ਆ। ਹੈਲੋ ਜੀ ਡਾਕਟਰ ਸਾਹਿਬ, ਕੀ ਹਾਲ ਚਾਲ ਹੈ? ਯੂ ਆਰ ਲਾਈਵ ਔਨ ਏਅਰ ਪਲੀਜ਼। ਹੈਲੋ ਜੀ ਡਾਕਟਰ ਸਾਹਿਬ, ਹਾਊ ਯੂ? ਤੁਸੀਂ ਥੋੜਾ ਪੰਜਾਬੀ ਕਪਲ ਜਿਹੜੇ ਡਾਕਟਰਸ ਨੇ, ਦੋਨੋਂ ਡੈਂਟਿਸਟ ਮੀਆਂ ਬੀਵੀ ਨੇ, ਹਾਂਜੀ, ਇਹ ਮੁੰਬਈ ਤੋਂ ਨੇ ਔਰ ਆਈ ਐਮ ਫਰੋਮ ਲਾਹੌਰ। ਹਾਂਜੀ, ਤਾਂ ਮੈਂ ਲਾਹੌਰ ਤੋਂ ਹਾਂ ਤਾਂ ਇਹ ਕੱਟ ਹੋ ਗਿਆ ਜੀ। ਠੀਕ ਹੈ, ਤੁਸੀਂ ਥੋੜਾ ਦੱਸੋ ਵਾਗੇ ਦਾ ਅਟਾਰੀ ਦਾ ਬਾਰਡਰ ਆਪਸ ਮਿਲਿਆ ਹੋਇਆ ਇਸ ਵੇਲੇ ਜਦੋਂ ਆਪਾਂ ਕੱਲ ਦੇ ਕੱਲ ਗੱਲ ਕਰ ਰਹੇ ਹਾਂ। ਮੈਨੂੰ ਬੜਾ ਚੰਗਾ ਲੱਗਾ ਜਦੋਂ ਇਹਨਾਂ ਨੇ ਵੀ ਦੱਸਿਆ ਕਿ ਇਹਨਾਂ ਦੀ ਬੈਕਗ੍ਰਾਉਂਡ ਪਿੱਛੋਂ ਕਿਹੜਾ ਪਿੰਡ ਦੱਸਿਆ ਸੀ ਤੁਸੀਂ? ਪੰਜਾਬੀ ਸਪੂਤ ਜਿਹੜੇ ਨੇ ਸਖੀਰਾ ਗੋਜਰਾ ਦੇ ਮੁਤਲਕ ਅਗਰ ਕਿਸ ਲੋਕ ਮੈਨੂੰ ਵਾਚ ਕਰ ਰਹੇ ਨੇ ਤੇ ਮੈਂ ਇੱਕ ਬੇਬੇ ਜੀ ਵਾਸਤੇ ਇੱਕ ਰਿਕਾਰਡਿੰਗ ਕੀਤੀ ਸੀ, ਉਹ ਉਹਨਾਂ ਦੇ ਸਪੂਤ ਜਿਨ੍ਹਾਂ ਦਾ ਨਾਮ ਲੈਂਦੇ ਨੇ ਕਿ ਮੇਰੇ ਬੇਟੇ ਜਿਹੜੇ ਨੇ ਇਹ ਸਖੀਰਾ ਦੇ ਵਿੱਚ ਹੀ ਪੈਦਾ ਹੋਏ ਸਨ ਤੇ ਇਹਨਾਂ ਵਾਸਤੇ ਮੈਂ ਇਹਨਾਂ ਦਾ ਘਰ ਲੱਭਣ ਲਈ ਗਿਆ ਸੀ ਮੈਂ ਗੋਜਰੇ ਦੇ ਅੰਦਰ। ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਂ ਕਿਸੇ ਐਸੇ ਬੰਦੇ ਨੂੰ ਉਹਦਾ ਘਰ ਦਿਖਾਉਂਦਾ ਵਾਂ ਕਿ ਜਿਹਨੂੰ ਬਿਲਕੁਲ ਨਹੀਂ ਪਤਾ ਹੁੰਦਾ ਉਹਦੇ ਆਪਣੇ ਮੁੱਢਲੇ ਘਰ ਦੇ ਬਾਰੇ 'ਚ, ਜਾਂ ਉਹਦੇ ਕੋਲ ਕੋਈ ਨਿਸ਼ਾਨੀ ਨਹੀਂ ਹੁੰਦੀ। ਟੁੱਟੇ ਦਿਲਾਂ ਨੂੰ ਜੁੜਨਾ, ਚਾਈਨਾ ਵਾਲੇ ਮੰਗ ਲੈਣਾ, ਆ ਜਾਓ ਪਲੀਜ਼, ਆ ਜਾਓ ਆਪਣਾ ਕੋਰੀਡੋਰ ਬਣਾ ਲਓ, ਆ ਜਾਓ ਭਾਈ। ਹਾਏ, ਹਾਊ ਯੂ? ਬਾਜ਼ਾਰ ਵੇਖੇ, ਉੱਥੋਂ ਦੇ ਟੁੱਟੇ ਹੋਏ ਮਕਾਨ ਦੇਖੇ ਜਿਹੜੇ ਅਸੀਂ ਛੱਡ ਕੇ ਆਏ ਸੀ, ਔਰ ਮੈਂ ਬੜਾ ਜਜ਼ਬਾਤੀ ਹੋ ਗਿਆ ਉਸ ਵੇਲੇ। ਪਰ ਜੋ ਅਸੀਂ ਛੱਡ ਕੇ ਆਏ ਸੀ ਉਹ ਨਹੀਂ, ਉੱਥੇ ਬਿਲਕੁਲ ਮਾਈਮੇਟ ਹੋਇਆ ਪਿਆ, ਬਿਲਕੁਲ ਨਵਾਂ ਰੈਨੋਵੇਸ਼ਨ ਹੋਈ ਪਈ ਹੈ ਜੀ। ਬਿਲਕੁਲ 70 ਸਾਲ ਗੁਰੂ ਤੇ ਆਫਟਰ ਦੈਨ 70 ਈਅਰਸ ਪਾਰਟੀਸ਼ਨ ਜਿਹੜੀ ਸੀ ਹੋਈ ਪੰਜਾਬ ਦੀ, ਉਹਨੂੰ 70 ਸਾਲ ਬੀਤ ਗਏ ਅਤੇ ਉਹਦੇ ਬਾਅਦ ਵੀ ਪੰਜਾਬੀ ਲੋਕਾਂ ਦੀਆਂ ਜੁੜੀਆਂ ਹੋਈਆਂ ਯਾਦਾਂ ਜਿਹੜੀਆਂ ਨੇ, ਜਿਹਨੂੰ ਕਿ ਮੈਂ ਕਹਿੰਦਾ ਵਾਂ ਖੋਰੇ ਸੱਚ 47 ਦੇ, ਆ ਬਿਟਰ ਟਰੂਥਸ ਆਫ ਦਾ 1947 ਦੇ ਪਾਰਟੀਸ਼ਨ ਆਫ ਦੀ ਪੰਜਾਬ, ਜਦੋਂ ਵੀ ਉਹਦੀ ਗੱਲ ਕਰਦਾ ਵਾਂ ਤਾਂ ਉਸ ਵੇਲੇ ਮੈਨੂੰ ਜਿਹੜਾ ਨਾ ਮਤਲਬ ਕਿ ਬਹੁਤ ਜ਼ਿਆਦਾ ਖਿਆਲ ਆਉਂਦਾ, ਕਈ ਵਾਰੀ ਮੇਰੀਆਂ ਆਪਣੀਆਂ ਅੱਖਾਂ ਭਿੱਜ ਜਾਂਦੀਆਂ ਨੇ, ਔਰ ਮੈਂ ਲੋਕਾਂ ਦੇ ਜਜ਼ਬਾਤ ਜਿਹੜੇ ਨੇ ਉਹਨਾਂ ਨੂੰ ਦੇਖ ਕੇ ਕੰਟਰੋਲ ਨਹੀਂ ਕਰ ਸਕਦਾ, ਕਿ ਜਦੋਂ ਵੀਡੀਓਜ਼ ਦੇਖਣ ਤੋਂ ਬਾਅਦ ਉਹਨਾਂ ਦੇ ਰਿਮਾਰਕਸ ਮੇਰੇ ਸਾਹਮਣੇ ਆਉਂਦੇ ਨੇ ਤਾਂ ਮੇਰੇ ਲਈ ਬਹੁਤ ਹੁਣੇ ਫਖਰ ਹੋਣੇ। ਜਿਹੜਾ ਇੰਡੋ ਪਾਕ 'ਤੇ ਜਿਹੜਾ ਡਿਸਟਰਬੈਂਸ ਹੋਈ ਸੀ ਉਹਦੇ ਕਰਕੇ ਪਾਕਿਸਤਾਨ ਤੋਂ ਸਰਹੱਦਾਂ ਤੋਂ ਜਿਹੜਾ ਉਜਾੜਾ ਹੋਇਆ ਸੀ, ਮੈਨੂੰ 47 ਦੀ ਯਾਦ ਆ ਰਹੀ ਸੀ ਹੋਈ, ਕਿ ਉਦੋਂ ਵੀ ਇੱਦਾਂ ਹੀ ਗੱਡਿਆਂ 'ਤੇ ਲੋਕ ਆਪਣੇ ਭਾਜੜ ਚੁੱਕ ਕੇ ਅਤੇ ਬਾਹਰ ਵਾਸਤੇ ਡਿਸਪਲੇਸਮੈਂਟ ਹੋਈ ਸੀ ਉਹਨਾਂ ਦੀ। ਬਾਬਾ ਜੀ, ਤੁਹਾਡੇ ਵਰਗੇ ਲੋਕ ਜਿਹੜੇ ਬਿਯੋਂਡ ਬਾਰਡਰ ਸੋਚਦੇ ਨੇ, ਨਹੀਂ ਤਾਂ ਆਪਾਂ ਲੋਕ ਇੰਨੇ ਟੈਰੀਟੋਰੀਅਲ ਹਾਂ, ਆਪਾਂ ਆਪਣੇ ਮਜ਼ਹਬ ਦੀ ਗੱਲ ਕਰਦੇ ਰਹਿੰਦੇ ਹਾਂ, ਤੁਹਾਡੇ ਵਰਗੇ ਕੁਛ ਚੰਦ ਲੋਕ ਦੁਨੀਆ 'ਤੇ ਹੈਗੇ ਆ ਜਿਹੜੇ ਆਪਣੇ ਤੋਂ ਥੋੜ੍ਹਾ ਜਿਹਾ ਬਾਹਰ ਨਿਕਲ ਕੇ ਦੂਜੇ ਲਈ ਕਰਦੇ ਆ, ਤੁਹਾਡੀ ਇੰਸਪੀਰੇਸ਼ਨ ਕੀ ਹੁੰਦੀ ਹੈ? ਮਤਲਬ ਹਾਓ ਡੂ ਯੂ ਡੂ ਦਿਸ ਵਿਦਾਊਟ, ਮਤਲਬ ਤੁਹਾਡਾ ਮਤਲਬ, ਨਹੀਂ ਤਾਂ ਸਾਰੀ ਲੋਕ ਆਪਣੇ ਸਭ ਕੁਝ ਹਰ ਕੋਈ ਕਰਦਾ, ਆਪਣੇ ਧਰਮ ਲਈ, ਆਪਣੇ ਕੌਮ ਲਈ, ਸਭ ਕੁਝ ਕਰਦਾ, ਤੁਸੀਂ ਇੰਨਾ ਆਪਣਾ ਵਿਜ਼ਨ ਕਿੱਦਾਂ ਵਾਈਡਰ ਕਰਦੇ ਹੋ, ਮਤਲਬ ਤੁਹਾਡਾ ਹਾਓ ਡੂ ਯੂ ਡੂ ਦਿਟ? ਦੈਟ ਇਜ਼ ਵੈਰੀ ਹਾਰਡ ਇਨ ਮਾਈ ਓਪੀਨੀਅਨ। ਮੈਂ ਕਹਾਂਗਾ ਕਿ ਸਭ ਤੋਂ ਪਹਿਲੇ ਆ ਹਿਊਮੈਨਿਟੀ, ਇਨਸਾਨੀਅਤ ਹੈ, ਇਨਸਾਨੀਅਤ ਦਾ ਕੋਈ ਮਜ਼ਹਬ ਨਹੀਂ ਹੁੰਦਾ। ਅਸੀਂ ਤੋਲਦੇ ਹਾਂ ਹਮੇਸ਼ਾ ਇਨਸਾਨੀਅਤ ਨੂੰ ਮਜ਼ਹਬ ਦੀ ਤਕੜੀ ਦੇ ਵਿੱਚ, ਪਲੜੇ ਦੇ ਵਿੱਚ, ਔਰ ਉਹਦਾ ਹੀ ਤਰਾਜ਼ੂ ਲੈਂਦੇ ਹਾਂ, ਇਹ ਗਲਤ ਹੈ। ਕਿਉਂਕਿ ਸਭ ਤੋਂ ਪਹਿਲਾ ਸਬਕ ਦੁਨੀਆ ਦੇ ਵਿੱਚ ਇਨਸਾਨ ਪੈਦਾ ਹੋਇਆ ਸੀ,
ਅਤੇ ਉਹਦੇ ਵਾਸਤੇ ਰਿਲੀਜਨ ਬਣਿਆ, ਦੁਨੀਆਂ ਦੇ ਵਿੱਚ ਇਨਸਾਨ ਆਇਆ ਤਾਂ ਉਹਦੇ ਵਾਸਤੇ ਮਜ਼ਹਬ ਦੀ ਜ਼ਰੂਰਤ ਪਈ ਔਰ ਉਹਨੂੰ ਸਿਖਾਉਣ ਵਾਸਤੇ ਮਜ਼ਹਬ ਦੀ ਜ਼ਰੂਰਤ ਪਈ ਹੈ। ਇਹ ਨਹੀਂ ਹੈ ਕਿ ਇਨਸਾਨ ਮਜ਼ਹਬ ਦੇ ਆੜੇ ਦੇ ਵਿੱਚ ਆ ਕੇ ਅਤੇ ਇੱਕ ਦੂਜੇ ਨੂੰ ਮਾਰਨਾ ਸ਼ੁਰੂ ਕਰ ਦੇਵੇ, ਇੱਕ ਦੂਜੇ ਨੂੰ ਕਤਲ ਕਰਨਾ ਸ਼ੁਰੂ ਕਰ ਦੇ। ਕਿਹੜਾ ਮਜ਼ਹਬ ਹੈ ਜਿਹੜਾ ਦੁਨੀਆਂ ਦੇ ਵਿੱਚ ਕਿਸੇ ਤੋਂ ਕਿਸੇ ਨੂੰ ਨਫ਼ਰਤ ਸਿਖਾਉਂਦਾ? ਕੋਈ ਦੁਨੀਆਂ ਦਾ ਐਸਾ ਮਜ਼ਹਬ ਨਹੀਂ ਹੈ ਜਿਹੜਾ ਕਿ ਕਿਸੇ ਨੂੰ ਕਿਸੇ ਤੋਂ ਨਫ਼ਰਤ ਸਿਖਾਉਂਦਾ ਹੈ। ਨਫ਼ਰਤ ਅਸੀਂ ਖੁਦ ਪੈਦਾ ਕੀਤੀ ਹੈ, ਨਫ਼ਰਤ ਦੀਆਂ ਦੀਵਾਰਾਂ ਅਸੀਂ ਖੁਦ ਖੜੀਆਂ ਕੀਤੀਆਂ ਨੇ। ਇਹਨਾਂ ਦੀਵਾਰਾਂ ਨੂੰ ਮਿਲ ਕੇ ਹੀ ਖਤਮ ਕਰਨਾ ਪਏਗਾ ਔਰ ਨਫ਼ਰਤ ਨੂੰ ਖਤਮ ਕਰਨਾ ਪਏਗਾ। ਬੇਸਿਕ ਚੀਜ਼ ਹੈ ਨਫ਼ਰਤ। ਜੋ ਜਿੱਥੇ ਹੈ ਉਹ ਆਪਣੇ ਆਪਣੇ ਘਰ ਖੁਸ਼ ਰਹੇ, ਲੇਕਿਨ ਕਿ ਇੱਕ ਦੂਜੇ ਦੇ ਜਜ਼ਬਾਤ ਦਾ, ਇੱਕ ਦੂਸਰੇ ਦੇ ਅਹਿਸਾਸਾਂ ਦੀ ਕਦਰ ਹੋਣੀ ਚਾਹੀਦੀ ਹੈ। ਮਿਊਚੁਅਲ ਰਿਸਪੈਕਟ ਬਹੁਤ ਜ਼ਰੂਰੀ ਹੈ। ਮਿਊਚੁਅਲ ਰਿਸਪੈਕਟ, ਬਸ ਐਸੀ ਚੀਜ਼ ਨੂੰ ਮੈਂ ਦੇਖਦਾ ਸੀ ਜਦੋਂ ਪੰਜਾਬ ਦੇ ਵਿੱਚ ਮੈਂ ਜਿਸ ਜਗ੍ਹਾ 'ਤੇ ਵੀ ਰਿਸਰਚ ਕਰਨ ਵਾਸਤੇ ਗਿਆ ਵਾਂ, ਅਤੇ ਮੈਨੂੰ ਹਰ ਜਗ੍ਹਾ ਦੇ ਉੱਤੇ ਵੀਰ ਜੀ ਨਜ਼ਰ ਆਉਂਦਾ ਸੀ ਕਿ ਲੋਕ ਆਖਿਰ ਜਿਹੜੇ ਇੰਨੇ ਪਿਆਰੇ, ਇੰਨੇ ਬਿਊਟੀਫੁੱਲ ਆਰਕੀਟੈਕਚਰਸ ਨੇ, ਇੰਨੇ ਸੋਹਣੇ ਮੰਦਰ ਨੇ, ਇੰਨੇ ਸੋਹਣੇ ਗੁਰਦੁਆਰੇ ਨੇ, ਇੰਨੀਆਂ ਸੋਹਣੇ ਮੈਨਸ਼ਨਸ ਨੇ, ਇੰਨੀਆਂ ਸੋਹਣੀਆਂ ਹਵੇਲੀਆਂ ਨੇ, ਆਖਿਰ ਉਹ ਕੌਣ ਲੋਕ ਸਨ? ਮੇਰੇ ਦਿਲ ਦੇ ਵਿੱਚ ਇੱਕ ਜਾਣਨ ਦਾ ਜਨੂੰਨ ਸੀ। ਮੈਂ ਉਸ ਜਨੂੰਨ ਨੂੰ ਲੈ ਕੇ, ਮੈਂ ਆਪਣੇ ਪੈਸ਼ਨ ਨੂੰ ਲੈ ਕੇ ਦੇਖੋ, ਮੈਂ ਤੁਹਾਨੂੰ ਕਿਹਾ ਸੀ ਕਿ ਪਤਾ ਨਹੀਂ ਮੇਰਾ ਜਨੂੰਨ ਮੈਨੂੰ ਕਿੱਥੇ ਲੈ ਕੇ ਜਾਏਗਾ, ਲੇਕਿਨ ਮੇਰਾ ਜਨੂੰਨ ਮੈਨੂੰ ਅਮੈਰੀਕਾ ਲੈ ਕੇ ਆ ਗਿਆ। ਬਿਲਕੁਲ, ਸਾਡੇ ਤਾਂ ਖੁਸ਼ ਨਸੀਬੀ ਹੈ, ਅਸੀਂ ਤਾਂ ਇੱਕ ਛੋਟਾ ਜਿਹਾ ਜ਼ਰੀਆ ਆ। ਜੋ ਤੁਸੀਂ ਫੀਲਡ 'ਚ ਕੰਮ ਕਰਦੇ ਹੋ, ਮਤਲਬ ਅਸੀਂ ਉਹ ਇਹ ਨਹੀਂ ਕਹਿ ਸਕਦੇ ਕਿ ਹਾਂਜੀ ਤੁਸੀਂ ਕੰਮ ਕਰਦੇ ਹੋ ਅਤੇ ਅਸੀਂ ਤੁਹਾਡਾ ਹੈ, ਦਿਸ ਇਜ਼ ਨਥਿੰਗ ਬਟ ਯੂ ਹੈਵ ਬਿਨ ਡੂਇੰਗ ਫੋਰ ਅਸ ਐਂਡ ਵੀ ਆਰ ਸਾਰੀ ਕੌਮ ਵੱਲੋਂ, ਸਾਰਿਆਂ ਵੱਲੋਂ, ਮਤਲਬ ਜਿਹਨਾਂ ਲਈ ਵੀ ਤੁਸੀਂ, ਔਰ ਤੁਸੀਂ ਕੋਈ ਭੇਦਭਾਵ ਨਹੀਂ ਰੱਖਦੇ, ਮਤਲਬ ਦਿਸ ਇਜ਼ ਵਟ ਆਈ ਰੀਅਲੀ ਲਾਈਕ ਕਿ ਤੁਸੀਂ ਯੂ ਹੈਵ ਸੱਚ ਏ ਬਰੋਡ ਵਿਜ਼ਨ। ਮੈਂ ਖੁਦ ਤੁਹਾਡੇ ਤੋਂ ਬਹੁਤ ਵਾਰੀ ਸਿੱਖਣ ਦੀ ਕੋਸ਼ਿਸ਼, ਇੰਨੇ ਸਾਲਾਂ ਤੋਂ ਮੈਂ ਤੁਹਾਡਾ ਫੈਨ ਹਾਂ, ਉਹਦਾ ਕੋਈ ਰੀਜ਼ਨ ਹੈ, ਔਰ ਮੈਨੂੰ ਖੁਸ਼ੀ ਹੈ ਕਿ ਮੈਨੂੰ ਇਹ ਮਾਣ ਮਿਲਿਆ ਕਿ ਅੱਜ ਮੈਂ ਤੁਹਾਡੇ ਨਾਲ ਇੰਟਰਵਿਊ ਇੱਥੇ ਆਪਣੇ ਸ਼ਹਿਰ 'ਚ ਬੁਲਾ ਕੇ ਕਰ ਰਿਹਾ। ਮੈਂ ਕਹਾਂਗਾ ਥੈਂਕਸ ਟੂ ਐਫ ਬੀ, ਫੇਸਬੁੱਕ ਦਾ ਸ਼ੁਕਰੀਆ ਕਿ ਫੇਸਬੁੱਕ ਨੇ ਇੰਨਾ ਵੱਡਾ ਪਲੇਟਫਾਰਮ ਦਿੱਤਾ ਹੋਇਆ ਸਾਨੂੰ ਖੇਡਣ ਵਾਸਤੇ, ਪਲੇ ਕਰਨ ਵਾਸਤੇ, ਕਿ ਅਸੀਂ ਇਹਦੇ 'ਤੇ ਕੁਛ ਵੀ ਕਰ ਸਕਦੇ ਹਾਂ, ਲੇਕਿਨ ਪੋਜ਼ਿਟਿਵ ਸੈਂਸ ਦੇ ਵਿੱਚ ਹੋਣਾ ਚਾਹੀਦਾ। ਮੇਰੇ ਵੱਲ ਦੇਖ ਕੇ ਇੱਕ ਤਮਾਮ ਦੋਸਤਾਂ ਨੂੰ ਮੈਂ ਕਹਾਂਗਾ, ਜਿਹੜੇ ਲੋਕ ਸਿਰਫ ਟਾਈਮ ਪਾਸ ਕਰਦੇ ਨੇ ਫੇਸਬੁੱਕ ਦੇ ਉੱਤੇ, ਉਹ ਮੈਨੂੰ ਦੇਖਣ ਔਰ ਥੋੜ੍ਹਾ ਜਿੰਨਾ ਮੈਂ ਕਹਾਂਗਾ ਸਿੱਖ ਲੈਣ, ਵਡਿਆਈ ਨਹੀਂ ਹੈ, ਲੇਕਿਨ ਸਿੱਖ ਲੈਣ ਕਿ ਅਗਰ ਇਨਸਾਨ ਚਾਹੇ ਤਾਂ ਬਹੁਤ ਕੁਛ ਹੋ ਸਕਦਾ ਹੈ। ਉਹਦੀ ਜ਼ਿੰਦਾ ਮਿਸਾਲ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ।